ਜਿਵੇਂ ਪਰਿਵਾਰ ਹੁਣ ਆਪਣੇ ਪੁੱਤਰ ਦੀ ਉਡੀਕ ਦੇ ਵਿੱਚ, ਆਪਣੇ ਜੀ ਦੀ ਉਡੀਕ ਦੇ ਵਿੱਚ, ਅਤੇ ਇਸ ਵਿਚਾਲੇ ਅਪੀਲ ਕੀਤੀ ਜਾ ਰਹੀ ਹੈ ਭਾਰਤ ਸਰਕਾਰ ਨੂੰ, ਭਾਰਤ ਦੇ ਵਿਦੇਸ਼ ਮੰਤਰਾਲੇ ਨੂੰ। ਅੱਗੇ ਵੱਧਦੇ ਹਾਂ ਅਤੇ ਹੁਣ ਗੱਲ ਭਰਤੀ ਦੀ। ਜੀ ਹਾਂ, ਫੌਜ ਦੀ ਭਰਤੀ ਦੀ। ਗੁਰਦਾਸਪੁਰ, ਤਰਨ ਤਾਰਨ, ਪਠਾਨਕੋਟ ਅਤੇ ਅੰਮ੍ਰਿਤਸਰ ਦੇ ਨੌਜਵਾਨਾਂ ਨੂੰ ਫੌਜ ਵਿੱਚ ਭਰਤੀ ਹੋਣ ਦਾ ਸੁਨਹਿਰਾ ਮੌਕਾ ਮਿਲਿਆ। ਆਰਮੀ ਦੇ ਵੱਲੋਂ ਆਨਲਾਈਨ ਅਰਜ਼ੀ ਮੰਗੇ ਜਾਣ ਤੋਂ ਬਾਅਦ ਨੌਜਵਾਨਾਂ ਦਾ ਰਿਸਪੌਂਸ ਹੋਰ ਜ਼ਿਆਦਾ ਵਧਿਆ ਹੈ। ਅੰਮ੍ਰਿਤਸਰ 'ਚ ਆਰਮੀ ਦੀ ਰਿਕਰੂਟਮੈਂਟ ਰੈਲੀ ਸ਼ੁਰੂ ਹੋ ਚੁੱਕੀ ਹੈ। 55,000 ਤੋਂ ਜ਼ਿਆਦਾ ਨੌਜਵਾਨਾਂ ਨੇ ਆਨਲਾਈਨ ਅਰਜ਼ੀ ਦਾਖਲ ਕੀਤੀ ਹੈ, ਜੋ ਲੰਘੇ ਸਾਲ ਦੇ ਮੁਕਾਬਲੇ ਕਾਫੀ ਜ਼ਿਆਦਾ ਹੈ। ਭਰਤੀ ਰੈਲੀ ਦੇ ਦੌਰਾਨ ਨੌਜਵਾਨਾਂ ਦੇ ਹੌਸਲਿਆਂ ਨੂੰ ਠੰਡ ਵੀ ਪਸੰਦ ਨਹੀਂ ਕਰ ਪਾ ਰਹੀ। ਨੌਜਵਾਨਾਂ ਦੇ ਲਈ ਫੌਜ ਦੇਸ਼ ਸੇਵਾ ਦੀ ਪ੍ਰੇਰਣਾ ਦੇ ਨਾਲ ਰੁਜ਼ਗਾਰ ਦਾ ਜ਼ਰੀਆ ਵੀ ਬਣੀ ਹੈ। ਉੱਥੇ ਆਰਮੀ ਨੇ ਵੀ ਕਹਿ ਦਿੱਤਾ ਕਿ ਮੈਰਿਟ ਦੇ ਆਧਾਰ ਤੇ ਆਓ ਅਤੇ ਜੌਬ ਕਰ ਲੈ ਜਾਓ। ਮੈਨੂੰ ਖੁਸ਼ੀ ਹੈ ਕਿ ਕਾਫੀ ਜੋ ਰਿਸਪੌਂਸ ਹੈ ਆਨਲਾਈਨ ਰਜਿਸਟ੍ਰੇਸ਼ਨ ਕਾ ਬਹੁਤ ਅੱਛਾ ਹੈ। ਪਿਛਲੇ ਸਾਲ ਕੇ ਮੁਤਾਬਿਕ ਇਸ ਸਾਲ ਬਹੁਤ ਜ਼ਿਆਦਾ ਰਿਸਪੌਂਸ ਹੈ। 55,000 ਪਲੱਸ ਜੋ ਹੈ, ਇੱਕ ਰਿਸਪੌਂਸ ਦਿਖਾਤਾ ਹੈ, ਜੋਸ਼ ਦਿਖਾਤਾ ਹੈ, ਔਰ ਲੋਕੋਂ ਕਾ ਜਜ਼ਬਾ ਦਿਖਾਤਾ ਹੈ ਇੰਡੀਅਨ ਆਰਮੀ ਕੋ ਜੁਆਇਨ ਕਰਨਾ ਔਰ ਉਸਮੇ ਦੇਸ਼ ਕੀ ਸੇਵਾ ਕਰਨਾ। ਰਿਕਰੂਟਮੈਂਟ ਰੈਲੀ ਜੋ ਹੈ ਉਸਕੇ ਲਈ ਕੋਈ ਵੈਕੈਂਸੀ ਕਾ ਕੋਈ ਕਮੀ ਨਹੀਂ ਹੈ ਹਮਾਰੇ ਪਾਸ। ਜੋ ਬੱਚੇ ਕਲੀਅਰ ਕਰੇਂਗੇ, ਮੈਰਿਟ ਮੇ ਆਏਂਗੇ, ਉਨਕੋ ਹਮ ਲੈ ਲੇਂਗੇ। ਪੀਓਕੇ ਦੇ ਵਿੱਚ ਸਰਜੀਕਲ ਸਟ੍ਰਾਈਕ ਤੋਂ ਬਾਅਦ ਫੌਜ ਨੂੰ ਲੈ ਕੇ ਨੌਜਵਾਨਾਂ ਦਾ ਉਤਸ਼ਾਹ ਹੋਰ ਜ਼ਿਆਦਾ ਵਧਿਆ ਹੈ। ਜੰਮੂ ਕਸ਼ਮੀਰ ਦੇ ਨੌਜਵਾਨਾਂ 'ਚ ਵੀ ਆਰਮੀ 'ਚ ਭਰਤੀ ਹੋਣ ਨੂੰ ਲੈ ਕੇ ਖਾਸਾ ਕਰੇਜ਼ ਦੇਖਿਆ ਜਾ ਰਿਹਾ ਹੈ। ਮੈਂ ਕਹੂੰਗਾ ਓਵਰਆਲ ਇੰਡੀਆ ਕੋ ਜੋਸ਼ ਹੈ, ਜੋ ਕੈਂਡੀਡੇਟਸ ਕੋ ਤੋ ਜੋਸ਼ ਹਮੇਸ਼ਾ ਜ਼ਰੂਰ ਹੋਗਾ। ਬਿਲਕੁਲ ਕਰ ਰਹੇ ਹਾਂ, ਹਮਾਰੇ ਲਈ ARO ਜੰਮੂ ਹੈ, ARO ਸ਼੍ਰੀਨਗਰ ਹੈ, ਉਹਨਾਂ ਨੇ ਰਿਕਰੂਟਮੈਂਟ ਕਰ ਰਹੇ ਹੈ ਔਰ ਪਿਛਲੇ ਸਾਲ ਵੀ ਹਮਨੇ ਰਿਕਰੂਟਮੈਂਟ ਕੀਆ ਹੈ ਔਰ ਬਹੁਤ ਅੱਛਾ ਰਿਸਪੌਂਸ ਥਾ। ਔਰ ਇਸ ਵਾਰ ਵੀ ਜੋ ਆਨਲਾਈਨ ਰਜਿਸਟ੍ਰੇਸ਼ਨ ਹੈ, ਤਕਰੀਬਨ ਜੋ ਅਭੀ ਹਮਨੇ ਅਪ੍ਰੈਲ ਮੇ ਰਿਕਰੂਟਮੈਂਟ ਰੱਖੀ ਹੈ ਸ਼੍ਰੀਨਗਰ ਕੇ ਲੀਏ, ਉਸਮੇ ਤਕਰੀਬਨ 7,000 ਕੈਂਡੀਡੇਟਸ ਨੇ ਆਨਲਾਈਨ ਰਜਿਸਟ੍ਰੇਸ਼ਨ ਕੀਆ ਹੈ। ਆਰਮੀ ਅਫਸਰਾਂ ਦੇ ਮੁਤਾਬਿਕ ਨਾਰਥ ਇੰਡੀਆ ਦੇ ਨੌਜਵਾਨਾਂ 'ਚ ਫੌਜ 'ਚ ਭਰਤੀ ਹੋਣ ਨੂੰ ਲੈ ਕੇ ਹਮੇਸ਼ਾ ਤੋਂ ਕਰੇਜ਼ ਰਿਹਾ ਹੈ। ਰਾਜਨ ਗੋਸਾਈ, ਜ਼ੀ ਮੀਡੀਆ, ਅੰਮ੍ਰਿਤਸਰ।